ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤਿਓ, ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਦੇ, ਜੋ ਕਿ ਰੋਪੜ ਵਿੱਚ ਸਥਿਤ ਹੈ। ਗੁਰਦੁਆਰਾ ਟਿੱਬੀ ਸਾਹਿਬ ਨੂੰ ਤਿੰਨ ਨਾਮ ਨਾਲ ਜਾਣਿਆ ਜਾਂਦਾ ਹੈ, ਲੱਕੜ ਸਾਹਿਬ ਗੁਰਦੁਆਰਾ, ਹੈੱਡ ਦਰਬਾਰ ਗੁਰਦੁਆਰਾ ਔਰ ਲਾਸਟ ਵਿੱਚ ਟਿੱਬੀ ਸਾਹਿਬ ਗੁਰਦੁਆਰਾ। ਲੱਕੜ ਸਾਹਿਬ ਗੁਰਦੁਆਰਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇਸ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਗਿਆ, ਤਾਂ ਉਸਦੇ ਜੋ ਇੱਕ ਕਮਰਾ ਤਿਆਰ ਕਰਨਾ ਸੀ ਉਹ ਪੂਰਾ ਦਾ ਪੂਰਾ ਲੱਕੜੀ ਨਾਲ ਤਿਆਰ ਕੀਤਾ ਹੋਇਆ ਸੀ, ਯਾਨੀ ਕਿ ਉਹ ਸਾਰਾ ਲੱਕੜੀ ਦਾ ਹੀ ਬਣਿਆ ਹੋਇਆ ਸੀ। ਅਤੇ ਹੈੱਡ ਦਰਬਾਰ ਗੁਰਦੁਆਰਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਦਰਿਆ ਦੇ ਕੰਢੇ, ਹੈੱਡ ਦੇ ਕੰਢੇ ਮੌਜੂਦ ਹੈ। ਅਤੇ ਅੱਜ ਦੇ ਸਮੇਂ 'ਚ ਇਸ ਨੂੰ ਅੱਜ ਦੀ ਪੀੜ੍ਹੀ, ਜੋ ਕਿ ਅੱਜ ਦੇ ਬੱਚੇ ਨੇ, ਇਹਨਾਂ ਨੂੰ ਇਸ ਗੁਰਦੁਆਰੇ ਨੂੰ ਟਿੱਬੀ ਸਾਹਿਬ ਨਾਮ ਦੇ ਗੁਰਦੁਆਰਾ ਜਾਣਦੇ ਨੇ ਕਿਉਂਕਿ ਕਿਸੇ ਸਮੇਂ ਪਹਿਲਾਂ ਉਰੇ ਬਹੁਤ ਵੱਡੇ ਵੱਡੇ ਪਹਾੜ ਸੀ, ਟਿੱਬੀ ਸੀ। ਗੁਰਦੁਆਰੇ ਦੇ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਖੁਸ਼ਹਾਲ ਸਿੰਘ, ਸੰਤ ਬਾਬਾ ਅਵਤਾਰ ਸਿੰਘ, ਇਹਨਾਂ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੇਠਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਸੇਵਾ ਨਿਭਾਈ ਜਾਂਦੀਆਂ ਨੇ ਅਤੇ ਲੋਕਾਂ ਦੇ ਹਿੱਤਾਂ ਵਿੱਚ ਅਤੇ ਉਹਨਾਂ ਦੀ ਸਹੂਲਤਾਂ ਲਈ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ। ਗੁਰਦੁਆਰਾ ਟਿੱਬੀ ਸਾਹਿਬ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਨਾਲ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਉਰੇ ਜਿਸ ਟਾਈਮ ਵਿਸਾਖੀ ਔਰ ਸੰਗਰਾਂਦ ਹੁੰਦੀ ਹੈ ਤਾਂ ਲੱਖਾਂ ਦੀ ਤਾਦਾਦ ਨਾਲ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ। ਸੰਤ ਬਾਬਾ ਖੁਸ਼ਹਾਲ ਸਿੰਘ ਜੀ ਨੇ, ਸੰਤ ਬਾਬਾ ਅਵਤਾਰ ਸਿੰਘ ਜੀ ਨੇ ਰੋਪੜ ਸਰਕਾਰੀ ਕਾਲਜ ਵਿੱਚ ਕਾਫੀ ਸਮੇਂ ਤੋਂ ਜੋ ਗਰਾਊਂਡ ਬੇਕਾਰ ਪਿਆ ਸੀ ਉੱਥੇ ਮਿੱਟੀ ਸਟਵਾ ਕੇ ਉਸ ਗਰਾਊਂਡ ਨੂੰ ਪੱਧਰਾ ਕਰਾਇਆ ਅਤੇ ਬੱਚਿਆਂ ਦੇ ਖੇਡਣ ਜੋਗਾ ਕਰਾਇਆ। ਰੋਪੜ ਸ਼ਿਵਾਲੀ ਸਕੂਲ ਵਿੱਚ ਬੱਚਿਆਂ ਦੀ ਐਕਟੀਵਿਟੀ ਲਈ ਪਾਰਕ ਤਿਆਰ ਕੀਤਾ। ਗੁਰਦੁਆਰਾ ਸਾਹਿਬ ਵਿੱਚ ਬਾਬਾ ਸੰਤ ਅਵਤਾਰ ਸਿੰਘ ਜੀ ਨੇ ਅਤੇ ਸੰਤ ਬਾਬਾ ਖੁਸ਼ਹਾਲ ਸਿੰਘ ਨੇ ਇੱਕ ਡਿਸਪੈਂਸਰੀ ਵੀ ਤਿਆਰ ਕੀਤੀ ਹੋਈ ਹੈ ਜਿੱਥੇ ਰੋਜ਼ਾਨਾ 80 ਤੋਂ 90 ਮਰੀਜ਼ ਦਵਾਈਆਂ ਲੈਣ ਆਉਂਦੇ ਨੇ ਅਤੇ ਜਿਸ ਦਾ ਸਾਰਾ ਖਰਚਾ ਗੁਰਦੁਆਰੇ ਵੱਲੋਂ ਕੀਤਾ ਜਾਂਦਾ ਹੈ। ਅਤੇ ਰੋਡ 'ਤੇ ਚੱਲ ਰਹੀ ਆ ਐਂਬੂਲੈਂਸਾਂ ਨੂੰ ਪਰ ਮੰਥ 1000 ਤੋਂ 2000 ਰੁਪਇਆ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਮੇਂ 'ਤੇ ਮਰੀਜ਼ਾਂ ਨੂੰ ਹੋਸਪਿਟਲ ਦੀ ਸੁਵਿਧਾ ਦੇ ਸਕੇ। ਹੁਣ ਜਿਸ ਪਵਿੱਤਰ ਗੱਡੀ ਦੇ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ, ਇਹ ਗੱਡੀ 1950 ਵਿੱਚ ਸੰਤ ਬਾਬਾ ਜਵਾਲਾ ਜੀ ਸਿੰਘ ਜੀ ਅਤੇ ਉਹਨਾਂ ਦੇ ਨਾਲ ਕੁਝ ਉਹਨਾਂ ਦੀਆਂ ਸੰਗਤਾਂ ਸਨ ਜੋ ਕਿ ਅੰਬਾਲੇ ਸਾਈਡ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਮੀਂਹ ਕਣੀ ਬਹੁਤ ਜ਼ਿਆਦਾ ਸੀ ਅਤੇ ਰਸਤੇ ਵਿੱਚ ਉਸ ਸਮੇਂ ਜ਼ਿਆਦਾ ਪੁਲੀਆਂ ਵੀ ਨਹੀਂ ਹੁੰਦੀਆਂ ਸੀ, ਨਾ ਹੀ ਨਹਿਰਾਂ ਹੁੰਦੀਆਂ ਸੀ, ਦਰਿਆ ਦੇ ਵਿੱਚ ਨੂੰ ਹੋ ਕੇ ਜਾਣਾ ਪੈਂਦਾ ਸੀ ਤਾਂ ਰਸਤੇ ਦਰਿਆ 'ਚ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਸੀ ਤਾਂ ਸੰਤ ਬਾਬਾ ਜਵਾਲਾ ਜੀ ਸਿੰਘ ਨੇ ਕਿਹਾ ਕਿ ਪਾਣੀ ਸਾਡਾ ਖੁਦ ਦਰਸ਼ਨ ਦੇਣ ਆ ਰਿਹਾ ਹੈ ਤਾਂ ਹੱਥ ਜੋੜ ਕੇ ਅੱਗੇ ਵੱਲ ਨੂੰ ਵਧੋ। ਤਾਂ ਜੋ ਉਸ ਸਮੇਂ ਦੇ ਡਰਾਈਵਰ ਸੀ, ਡਰਾਈਵਰ ਅਨੂਪ ਸਿੰਘ ਜੀ, ਤਾਂ ਉਹਨਾਂ ਨੇ ਕਿਆ ਕੀਤਾ ਗੱਡੀ ਨੂੰ ਪਾਣੀ ਦੇ ਵਹਾਅ ਵਿੱਚ ਨੂੰ ਕੱਢਣਾ ਸ਼ੁਰੂ ਕੀਤਾ ਅਤੇ ਜਦੋਂ ਪਾਣੀ ਨੂੰ ਵਿੱਚ ਵਹਾਅ ਨੂੰ ਕੱਢਣਾ ਸ਼ੁਰੂ ਕੀਤਾ ਉਹਨਾਂ ਨੇ ਗੱਡੀ ਨੂੰ ਤਾਂ ਗੱਡੀ ਇੰਜ ਨਿਕਲ ਗਈ ਜਿਵੇਂ ਕਿ ਕੋਈ ਮੋਟਰ ਕਿਸ਼ਤੀ ਹੋਵੇ, ਉਹ ਬੜੇ ਆਰਾਮ ਨਾਲ ਗੱਡੀ ਪਾਰ ਹੋ ਗਈ। ਤਾਂ ਜੇ ਗੱਡੀ ਅੱਜ ਦੇ ਸਮੇਂ 'ਚ ਇਹ ਗੱਡੀ ਉੱਤੇ ਬਾਅਦ ਲਾਸਟ 'ਚ ਉਹਨਾਂ ਨੇ ਸਰਦਾਰ ਅਨੂਪ ਸਿੰਘ ਜੀ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਅਤੇ ਅੱਜ ਇਹ ਗੱਡੀ ਉਰੇ ਗੁਰਦੁਆਰਾ ਸਾਹਿਬ ਵਿੱਚ 1950 ਤੋਂ ਬਾਅਦ ਉਰੀ ਰੱਖੀ ਗਈ ਹੈ। ਲਓ ਜੀ ਸੰਗਤੋ ਜੀ, ਦਰਸ਼ਨ ਕਰੋ ਸ਼੍ਰੀ ਮਹਾਨ ਸੰਤ ਸ਼ਾਦੀ ਸਿੰਘ ਜੀ ਜੀ ਦੀ ਕੁਟੀਆ ਦੀ। ਇਹ ਬਾਬਾ ਜੀ ਨੇ ਕੁਟੀਆ 'ਚ ਉਰੇ ਕਾਫੀ ਸਮੇਂ ਤੱਕ ਤਪ ਕੀਤਾ ਅਤੇ ਉਰੇ ਰਹਿੰਦੇ ਹੁੰਦੇ ਸੀ ਅਤੇ ਉਰੀ ਉਸ ਸਮੇਂ ਰਹਿੰਦੇ ਸੀ ਜਿਸ ਟਾਈਮ ਲਾਈਟ ਨਹੀਂ ਸੀ, ਪਾਣੀ ਮੀਂਹ ਕਣੀ, ਤਾਂ ਉਰੇ ਉੱਪਰ ਤੁਹਾਨੂੰ ਦਿਖਾਊਂਗਾ ਮੈਂ ਛੰਨ ਪਈ ਹੋਈ, ਪੁਰਾਣੇ ਟਾਈਮ 'ਚ ਛੰਨ ਹੁੰਦੀ ਅਤੇ ਕਾਨਿਆਂ ਦੀ ਬਣਾਈ ਹੁੰਦੀ ਸੀ, ਉਸ ਚੀਜ਼ ਦੀ ਕੁਟੀਆ ਬਣੀ ਹੋਈ ਸੀ ਅਤੇ ਕੁਟੀਆ 'ਚ ਰਹਿੰਦੇ ਸੀ ਅਤੇ ਅੱਜ ਇਸ ਕੁਟੀਆ 'ਚ ਮੈਂ ਵੀ ਘੱਟੋ ਘੱਟ 30 ਸਾਲ ਬਾਅਦ ਉਰੇ ਦਰਸ਼ਨ ਕਰਨ ਆਇਆ।
ਉਹ ਵੀ ਜਦੋਂ ਅਸੀਂ ਉਰੇ ਆਏ ਤਾਂ ਪਤਾ ਲੱਗਿਆ ਕਿ ਅੱਜ ਵੀ ਉਹ ਪੁਰਾਣਾ ਲੱਕੜ ਸਾਹਿਬ ਦਾ ਗੁਰਦੁਆਰਾ ਔਰ ਕੁਟੀਆ ਜੀ ਅੱਜ ਵੀ ਹੈਗੇ ਆ। ਤਾਂ ਕਿਤੇ ਬਾਬਾ ਜੀ ਨਾਲ ਅਸੀਂ ਗੱਲਬਾਤ ਕਰਕੇ, ਇਹ ਗੁਰਦੁਆਰੇ ਦੀ ਦੂਸਰੀ ਸਾਈਡ ਹੈ, ਬਹੁਤ ਸਾਰੇ ਲੋਕ ਅਣਜਾਣ ਨੇ, ਸ਼ਾਇਦ ਉਰੇ ਕਦੇ ਆਉਂਦੇ ਬਹੁਤ ਘੱਟ ਆਉਂਦੇ ਨੇ, ਜੋ ਪੁਰਾਣੇ ਬਜ਼ੁਰਗ ਹੈ ਜੋ ਪੁਰਾਣੇ ਸਿਆਣੇ ਹੈ ਉਹ ਅੱਜ ਵੀ ਕਿਤੇ ਨਾ ਕਿਤੇ ਉਰੇ ਆਉਂਦੇ ਹੋਣੇ ਜਿਨ੍ਹਾਂ ਨੂੰ ਪਤਾ ਹੈ। ਇਹ ਗੁਰਦੁਆਰਾ ਆ ਗਿਆ ਲੱਕੜ ਸਾਹਿਬ ਗੁਰਦੁਆਰਾ, ਤਾਂ ਬਾਬਾ ਜੀ ਦੀ ਪਰਮਿਸ਼ਨ ਨਾਲ ਅਸੀਂ ਅੰਦਰ ਮੱਥਾ ਟੇਕਣ ਗਏ ਤਾਂ ਉਰੇ ਦੇਖੋ ਕਿ ਅੱਜ ਸਾਰਾ ਇਹ ਲੱਕੜ ਦਾ ਬਣਿਆ ਹੋਇਆ। ਇਹ ਸਭ ਨਾਲੋਂ ਪਹਿਲਾ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਸੰਗਤੋ, ਇਹ ਹੈ ਟਿੱਬੀ ਸਾਹਿਬ ਗੁਰਦੁਆਰੇ ਦਾ ਲੰਗਰ ਹਾਲ, ਜਿਸ ਵਿੱਚ ਇੱਕ ਸਮੇਂ ਵਿੱਚ 15 ਤੋਂ 2 ਹਜ਼ਾਰ ਲੋਕ ਆਰਾਮ ਨਾਲ ਬੈਠ ਕੇ ਖਾਣਾ ਖਾ ਸਕਦੇ ਨੇ। ਠੀਕ ਹੈ ਨਾ, ਇਹ ਬਹੁਤ ਬੜਾ ਹਾਲ ਹੈ ਔਰ ਇੱਥੇ ਸਾਰੇ ਸੇਵਾਦਾਰ ਹੀ ਸੇਵਾ ਨਿਭਾਉਂਦੇ ਨੇ ਔਰ ਇੱਕ ਟਾਈਮ 'ਚ ਉਰੇ 2 ਤੋਂ 3 ਹਜ਼ਾਰ ਲੋਕਾਂ ਦਾ ਖਾਣਾ ਪੱਕਦਾ ਹੈ। ਰੋਜ਼ਾਨਾ 2 ਤੋਂ 3 ਹਜ਼ਾਰ ਸੰਗਤਾਂ ਉਰੇ ਡੇਲੀ ਪ੍ਰਸ਼ਾਦੇ ਛਕਦੇ ਨੇ ਔਰ ਮਹੀਨੇ 'ਚ ਜਿਸ ਦਿਨ ਸੰਗਰਾਂਦ ਹੁੰਦੀ ਹੈ 20 ਹਜ਼ਾਰ ਤੋਂ ਲੈ ਕੇ 25 ਹਜ਼ਾਰ ਸੰਗਤਾਂ ਤੱਕ ਉਰੇ ਪ੍ਰਸ਼ਾਦਾ ਛਕਦੀਆਂ ਨੇ ਔਰ ਜਿਸ ਸਾਲ ਵਿੱਚ ਜਦੋਂ ਵੀ ਵਿਸਾਖੀ ਆਉਂਦੀ ਹੈ 2 ਤੋਂ 2.5 ਲੱਖ ਸ਼ਰਧਾਲੂ ਉਰੇ ਆ ਕੇ ਪ੍ਰਸ਼ਾਦੇ ਛਕਦੇ ਨੇ ਅਤੇ ਮੱਥਾ ਟੇਕਦੇ ਨੇ। ਇਸ ਲੰਗਰ ਹਾਲ ਵਿੱਚੋਂ 15 ਅਗਸਤ ਅਤੇ 26 ਜਨਵਰੀ ਨੂੰ ਰੋਪੜ ਸਟੇਡੀਅਮ ਵਿੱਚੋਂ ਮੁਲਾਜ਼ਮ ਅਤੇ ਸੇਵਾਦਾਰਾਂ ਨੂੰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਜੋ ਕਿ ਬਹੁਤ ਵੱਡੇ ਪੈਮਾਨੇ 'ਤੇ ਕੀਤੀ ਜਾਂਦੀ ਹੈ। ਅਤੇ ਇਸੇ ਲੰਗਰ ਹਾਲ ਵਿੱਚੋਂ ਜਦੋਂ ਵੀ ਮੋਹਾਲੀ ਸਟੇਡੀਅਮ ਵਿੱਚ ਕੋਈ ਵੀ ਕ੍ਰਿਕਟ ਟੂਰਨਾਮੈਂਟ ਜਾਂ ਇੰਟਰਨੈਸ਼ਨਲ ਮੈਚ ਹੁੰਦੇ ਨੇ ਤਾਂ 15 ਤੋਂ ਲੈ ਕੇ 3 ਹਜ਼ਾਰ ਮੁਲਾਜ਼ਮਾਂ ਜਾਂ ਪੁਲਿਸ ਕਰਮਚਾਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵੱਲੋਂ ਹੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਹਰ ਸਮੇਂ 24 ਘੰਟੇ ਲੰਗਰ ਚੱਲਦਾ ਹੈ ਔਰ 24 ਘੰਟੇ ਜਦ ਵੀ ਤੁਸੀਂ ਆਉਂਗੇ ਸੇਵਾਦਾਰ ਤੁਹਾਨੂੰ ਉਰੇ ਮੌਜੂਦ ਮਿਲੂੰਗੇ ਔਰ ਉਰੇ ਲੱਸੀ, ਅਚਾਰ ਅਤੇ ਸਬਜ਼ੀਆਂ, ਚਾਵਲ ਜੋ ਤੁਹਾਡੀ ਇੱਛਾ ਹੈ ਤੁਸੀਂ ਉਸ ਹਿਸਾਬ ਨਾਲ ਪ੍ਰਸ਼ਾਦਾ ਛਕ ਸਕਦੇ ਹੋ ਅਤੇ ਚਾਹ ਦਾ ਲੰਗਰ ਵੀ 24 ਘੰਟੇ ਟੁੱਟ ਵਰਤਦਾ ਹੈ। ਪੁਰਾਣੇ ਸਮੇਂ ਵਿੱਚ ਇਸ ਖੂਹੀ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਇਸ ਪਾਣੀ ਨਾਲ ਹੀ ਗੁਰਦੁਆਰੇ 'ਚ ਲੰਗਰ ਹਾਲ 'ਚ ਲੋਕਾਂ ਨੂੰ ਜਲ ਦੀ ਸੇਵਾ ਹੁੰਦੀ ਸੀ ਅਤੇ ਰੋਟੀ, ਸਬਜ਼ੀਆਂ ਵਗੈਰਾ ਸਾਰਾ ਕੁਝ ਇਸ ਖੂਹੀ 'ਚੋਂ ਜੋ ਨਿਕਲਿਆ ਪਾਣੀ ਉਸ ਰਾਹੀਂ ਚੱਲਦਾ ਸੀ। ਉਸ ਸਮੇਂ ਇਸ ਖੂਹੀ ਦੇ ਨਾਲ ਇੱਕ ਬੈਲ ਨੂੰ ਜੋੜਿਆ ਜਾਂਦਾ ਸੀ ਅਤੇ ਬੈਲ ਜਿੰਨਾ ਚਿਰ ਘੁੰਮਦਾ ਸੀ ਉੰਨਾ ਚਿਰ ਪਾਣੀ ਨਿਕਲਦਾ ਸੀ। ਇਹ ਹੈ ਗੁਰਦੁਆਰਾ ਸਾਹਿਬ ਦਾ ਪਾਰਕ, ਜਿਸ ਵਿੱਚ ਸੰਗਤਾਂ ਸਰਦੀਆਂ ਵਿੱਚ ਅਤੇ ਗਰਮੀ 'ਚ ਸ਼ਾਮ ਨੂੰ ਅਤੇ ਸਰਦੀ ਦੁਪਹਿਰ ਨੂੰ ਅਤੇ ਵਿਸਾਖੀ ਵਾਲੇ ਦਿਨ ਉਰੇ ਆਨੰਦ ਮਾਣਦੇ ਨੇ ਅਤੇ ਗੁਰਦੁਆਰਾ ਸਾਹਿਬ ਦੀ ਨਹਿਰ ਦੇ ਕਿਨਾਰੇ ਬਹੁਤ ਸਾਰੇ ਜ਼ਮੀਨ ਹੈ ਜਿੱਥੇ ਉਹ ਆਪਣੇ ਪਸ਼ੂਆਂ ਲਈ ਚਾਰਾ ਬੀਜਦੇ ਨੇ ਅਤੇ ਕੁਝ ਖੇਤੀ ਵਗੈਰਾ ਕਰਦੇ ਨੇ।
ਗੁਰਦੁਆਰਾ ਸਾਹਿਬ ਵਿੱਚ 35 ਅਤੇ 40 ਮੈਸਾਂ ਗਾਂ ਰੱਖੀਆਂ ਹੋਈਆਂ ਨੇ, ਤਾਂ ਕਿ ਗੁਰਦੁਆਰੇ 'ਚ ਦੁੱਧ ਦੀ ਦੇਸੀ ਘੇ ਦੀ ਕਦੇ ਕੋਈ ਕਮੀ ਨਹੀਂ ਆਵੇ ਔਰ ਨਾ ਹੀ ਕਦੇ ਆਉਂਦੀ ਹੈ। ਮੈਂ ਜਦੋਂ ਵੀ ਬਚਪਨ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਸੀ ਤਾਂ ਲੰਗਰ ਹਾਲ ਵਿੱਚ ਲੱਸੀ ਹੁੰਦੀ, ਕਈ ਸੋਚਦਾ ਸੀ ਕਿ ਜਿਸ ਟਾਈਮ ਜਦੋਂ ਵੀ ਮੈਂ ਗੁਰਦੁਆਰੇ ਵਿੱਚ ਆਉਂਦਾ ਉਸ ਸਮੇਂ ਲੱਸੀ ਹੁੰਦੀ ਹੈ, ਇੰਨੀ ਲੱਸੀ ਕਿੱਥੋਂ ਆਉਂਦੀ ਹੈ ਇਹ। ਤਾਂ ਅੱਜ ਖੁਦ ਜਦੋਂ ਗੁਰਦੁਆਰੇ ਸੇਵਾਦਾਰ ਤੋਂ ਪਰਮਿਸ਼ਨ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਗਏ ਤਾਂ ਉੱਥੇ ਪਤਾ ਦੇਖਿਆ ਸੀ ਕਿ ਉਹਨਾਂ ਨੇ ਬਹੁਤ ਸਾਰੇ 30 ਅਤੇ 35 40 ਡੰਗਰ ਰੱਖੇ ਹੋਏ ਨੇ ਅਤੇ ਖੁਦ ਦਾ ਗੋਬਰ ਗੈਸ ਪਲਾਂਟ ਲਗਾਇਆ, ਜੋ ਕਿ ਦੇਖ ਕੇ ਬਹੁਤ ਵਧੀਆ ਲੱਗਿਆ। ਮੈਂ ਸਾਡਾ ਅੱਜ ਦਾ ਸਫ਼ਰ ਟਿੱਬੀ ਸਾਹਿਬ ਗੁਰਦੁਆਰੇ ਦਾ ਪੂਰੀ ਸਮਾਪਤ ਹੁੰਦਾ ਹੈ। ਅਤੇ ਅਗਰ ਤੁਸੀਂ ਸਾਰੇ ਜਣੇ ਟਿੱਬੀ ਸਾਹਿਬ ਗੁਰਦੁਆਰੇ ਬਾਰੇ ਹੋਰ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਸੰਤ ਬਾਬਾ ਅਵਤਾਰ ਸਿੰਘ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਪਲੀਜ਼ ਕਮੈਂਟ ਵਿੱਚ ਜ਼ਰੂਰ ਲਿਖਣਾ ਔਰ ਲਾਈਕ ਸ਼ੇਅਰ ਫੋਲੋ ਜ਼ਰੂਰ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਕਮੈਂਟ ਵਿੱਚ ਦੱਸਣਾ ਕਿ ਤੁਸੀਂ ਹੋਰ ਕਿਹੜੇ ਕਿਸੇ ਗੁਰਦੁਆਰੇ ਬਾਰੇ ਜਾਣਨਾ ਚਾਹੁੰਦੇ ਹੋ। ਤਾਂ ਸਾਡੀ ਪੂਰੀ ਖੁਸ਼ੀ ਰਹੇਗੀ ਉਸ ਗੁਰਦੁਆਰੇ ਵਿੱਚ ਜਾਈਏ ਅਤੇ ਵਿਜ਼ਿਟ ਕਰੀਏ। ਲਾਸਟ ਵਿੱਚ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਇਹੋ ਰਸਤਾ ਹੈ ਜਿਸ ਸਮੇਂ ਲੋਕ ਪੈਦਲ ਜਾਂਦੇ ਸੀ, ਸਿਰਫ ਇੱਕ ਹੀ ਰਸਤਾ ਸੀ, ਇਸੇ ਰਸਤੇ ਜਾਂਦੇ ਸੀ ਅਤੇ ਇਸੇ ਰਸਤੇ ਵਾਪਸ ਆਉਂਦੇ ਸੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।